ਸਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਮਤੇ ਗੁਰਮਤੇ ਅਤੇ ਹੁਕਮਨਾਮੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਗੁਰੂ ਸਾਹਿਬ ਵੱਲੋਂ ਜਾਰੀ ਕੀਤੇ ਹੁਕਮ ਉਹਨਾਂ ਵੱਲੋਂ ਜਾਰੀ ਕੀਤੇ ਹੁਕਮਨਾਮਿਆਂ ਔਰ ਉਪਰੰਤ ਇਸੇ ਪਰੰਪਰਾ ਨੂੰ ਜਾਰੀ ਕਰਦਿਆਂ ਹੋਇਆਂ ਜਾਰੀ ਰੱਖਦਿਆਂ ਹੋਇਆਂ ਗੁਰੂ ਖਾਲਸੇ ਵੱਲੋਂ ਗੁਰੂ ਸਾਹਿਬ ਵੱਲੋਂ ਬਖਸ਼ੇ ਉਸ ਅਧਿਕਾਰ ਦੇ ਅਧੀਨ ਜਿਹੜੇ-ਜਿਹੜੇ ਵੱਖ-ਵੱਖ ਸਮੇਂ ਦੇ ਉੱਤੇ ਗੁਰਮਤੇ ਮਤੇ ਅਤੇ ਹੁਕਮਨਾਮੇ ਜਾਰੀ ਕੀਤੇ ਗਏ ਉਹ ਅਸੀਂ ਆਪ ਦੀ ਨਜ਼ਰ ਵਿੱਚ ਪੇਸ਼ ਕੀਤੇ ਹਨ ਕਿਉਂਕਿ ਗੁਰੂ ਸਾਹਿਬ ਆਪਣੇ ਜੀਵਨ ਕਾਲ ਦੇ ਵਿੱਚ ਉਹਨਾਂ ਦੇ ਕੋਲ ਜੋਤ ਔਰ ਜੁਗਤ ਦੋਨੋਂ ਚੀਜ਼ਾਂ ਸਨ ਉਹ ਖੁਦ ਸਮਰੱਥ ਸਨ ਉਹ ਹੁਕਮ ਜਾਰੀ ਕਰ ਸਕਣ ਦੇ ਕਿਉਂਕਿ ਜੋਤ ਔਰ ਜੁਗਤ ਦੇ ਮਾਲਕ ਉਹ ਖੁਦ ਸਣ ਜੋਤ ਉਹ ਹਾ ਜੁਗਤ ਸਾਈ ਸਹਿਕਾਇਆ ਫੇਰ ਪਲਟਿਏ ਦੇ ਹੁਕਮ ਅਨਸਾਰ ਉਹ ਕੇਵਲ ਦੇਹ ਬਦਲਦੀ ਰਹੀ ਜੁਗਤ ਜਿਹੜੀ ਸੀ ਜੋਤ ਉਹੀ ਰਹੀ ਜੁਗਤ ਨਵੇਂ ਜਾਮੇ ਦੇ ਵਿੱਚ ਜਾਂਦੀ ਰਹੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹ ਜੋਤ ਸਦੀਵੀ ਰੂਪ ਵਿੱਚ ਸਦੀਵੀ ਤੌਰ ਦੇ ਉੱਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਥਾਪਿਤ ਕਰ ਦਿੱਤੀ ਇਹ ਇਸ ਜੋਤ ਦਾ ਦਸਾ ਪਾਤਸ਼ਾਹਿਆਂ ਦੀ ਜੋਤ ਦਾ ਹਮੇਸ਼ਾ ਹਮੇਸ਼ਾ ਲਈ ਸਦੀਵ ਕਾਲ ਲਈ ਇੱਕ ਸਥਾਨ ਹੋ ਗਿਆ ਪਰ ਜੁਗਤ ਖਾਲਸੇ ਦੇ ਵਿੱਚ ਸਥਾਪਿਤ ਕਰ ਦਿੱਤੀ ਗਈ ਹੁਣ ਗੁਰੂ ਸਾਹਿਬ ਦੀ ਚਲਾਈ ਹੋਈ ਇਸ ਲਹਿਰ ਵਿੱਚ ਗੁਰੂ ਸਾਹਿਬ ਦੇ ਇਸ ਚਲਾਈ ਹੋਏ ਪੰਥ ਵਿੱਚ ਕਦੀ ਗੰਧਲਾਪਨ ਨਹੀਂ ਆਏਗਾ ਕਦੀ ਸਟੇਲ ਮੇਟ ਨਹੀਂ ਆਏਗਾ ਗੁਰੂ ਖਾਲਸਾ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਗੁਰੂ ਪਾਤਸ਼ਾਹ ਵੱਲੋਂ ਦਿੱਤੇ ਹੋਏ ਉਸ ਹੁਕਮ ਦੇ ਮੁਤਾਬਕ ਸਮੇਂ-ਸਮੇਂ ਦੇ ਉੱਤੇ ਉਹ ਵਕਤਨ ਬਵਕਤਨ ਵਕਤ ਅਨਸਾਰ ਉਹ ਆਪਣੀ ਨਵੀਆਂ ਪੈੜਾਂ ਤੈਅ ਕਰ ਸਕਦਾ ਹੈ ਉਹ ਨਵੇਂ ਹੁਕਮ ਜਾਰੀ ਕਰ ਸਕਦਾ ਹੈ ਉਹ ਮਤੇ ਪਾਸ ਕਰ ਸਕਦਾ ਹੈ ਗੁਰਮਤੇ ਤੈਅ ਕਰ ਸਕਦਾ ਹੈ ਇਸ سلسلے ਦੇ ਵਿੱਚ ਜੋ ਸਿੱਖ ਰਹਿਤ ਮਰਿਆਦਾ ਵੀ ਬਣਾਈ ਗਈ ਉਸ ਵਿੱਚ ਵੀ ਅੰਕਤ ਕੀਤਾ ਗਿਆ ਗੁਰਮਤਾ ਪੰਥ ਦਾ ਸ਼੍ਰੋਮਣੀ ਜਥਾ ਉਹ ਇਕੱਤਰ ਹੋ ਕੇ ਕਰ ਸਕਦਾ ਹੈ ਸਮੇਂ-ਸਮੇਂ ਦੇ ਉੱਤੇ ਹੁਕਮਨਾਮਿਆਂ ਦੇ ਇਲਾਵਾ ਜਿਹੜੇ ਗੁਰਮਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ اجلاس ਵੱਲੋਂ ਪਾਰਤ ਕੀਤੇ ਗਏ ਉਹ ਅਸੀਂ ਆਪ ਦੀ ਨਜ਼ਰ ਕੀਤੇ ਗੁਰੂ ਸਾਹਿਬ ਨੇ ਜਦੋਂ ਵੀ ਹੁਕਮਨਾਮੇ ਜਾਰੀ ਕੀਤੇ ਔਰ ਉਹ ਅਧਿਕਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਦਿੱਤਾ ਪਰ ਇੱਕ ਚੀਜ਼ ਸਿਧਾਂਤਕ ਤੌਰ ਦੇ ਉੱਤੇ ਬੜੀ ਸਪਸ਼ਟ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਔਰ ਸਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਉਹ ਸਥਾਨ ਹੈ ਜਿਸ ਸਥਾਨ ਤੋਂ ਹੁਕਮਨਾਮੇ ਜਾਰੀ ਹੁੰਦੇ ਹਨ ਵਿਕਤੀ ਸਰਕਾਰਾਂ ਹੁਕਮ ਜਾਰੀ ਕਰਦੀਆਂ ਸਨ ਪਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਜਾਰੀ ਹੁੰਦੇ ਸਨ ਦੋਨੋਂ ਸਥਾਨ ਹਾਲਾਂ ਇੱਕੋ ਹੀ ਪਰਿਸਰ ਵਿੱਚ ਇੱਕੋ ਕੰਪਲੈਕਸ ਦੇ ਵਿੱਚ ਸੁਸ਼ੋਭਤ ਹਨ ਪਰ ਦੋਨਾਂ ਦੇ ਨਕਸ਼ੇ ਦੇ ਵਿੱਚ ਦੋਨਾਂ ਦੇ ਦਿਖ ਦੇ ਵਿੱਚ ਦੋਨਾਂ ਦੀ ਰੂਪ ਦੇ ਵਿੱਚ ਬਹੁਤ ਅੰਤਰ ਹੈ। ਔਰ ਉਹ ਅੰਤਰ ਅਗਰ ਅਸੀਂ ਕਿਸੇ ਵੇਲੇ ਉਸ ਤੇ ਵਿਸਥਾਰ ਸਹਿ ਚਰਚਾ ਕਰਾਂਗੇ ਪਰ ਬਹੁਤ ਸੰਖੇਪ ਵਿੱਚ ਜਿੱਥੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਜਾ ਕੇ ਨਤਮਸਤਕ ਹੋਣ ਲਈ ਥੱਲੇ ਜ਼ਮੀਨ ਦੇ ਉੱਤੇ ਝੁਕਣਾ ਪੈਂਦਾ ਉੱਥੇ ਕੋਈ ਸਿੰਘਾਸਨ ਨਹੀਂ ਹੈ ਕੋਈ ਆਸਨ ਨਹੀਂ ਹੈ ਕੋਈ ਉੱਚੀ ਕੁਰਸੀ ਨਹੀਂ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਮੰਜੀ ਸਾਹਿਬ ਦੇ ਉੱਤੇ ਹੈ ਜਿਹੜੀ ਸੰਗਤ ਦੇ ਵਿੱਚ ਵਿਰਾਜਮਾਨ ਹੈ ਸੰਗਤ ਉਸ ਤੇ ਚਾਰੇ ਪਾਸੇ ਜੁੜਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਸੰਗਤ ਵਿਰਾਜਮਾਨ ਹੁੰਦੀ ਹੈ ਪਰ ਸ੍ਰੀ ਅਕਾਲ ਤਖਤ ਸਾਹਿਬ ਉਸ ਦੇ ਸਾਹਮਣੇ ਪੇਸ਼ ਹੋਇਆ ਜਾਂਦਾ ਹੈ ਉਹ ਉੱਚਾ ਚਬੂਤਰਾ ਹੈ ਤੁਹਾਨੂੰ ਪ੍ਰਸ਼ਾਦ ਲੈਣ ਲਈ ਥੱਲੇ ਚੁੱਕਣਾ ਪੈਂਦਾ ਹੈ ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹੱਥ ਕਰਨੇ ਪੈਂਦੇ ਹਨ ਹਰਿਮੰਦਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਪਰ ਸ੍ਰੀ ਅਕਾਲ ਤਖਤ ਸਾਹਿਬ ਵਿੱਚ ਸਾਹਮਣੇ ਸ਼ਸਤਰਾਂ ਦਾ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ ਇੱਕ ਪਾਸੇ ਅਰ ਸਾਸਤਰਾ ਤੋਂ ਨੀਵੇਂ ਸਤਾਂਤੇ ਹਨ ਇਹ ਬਹੁਤ ਵੱਡਾ ਇੱਕ ਸਿਧਾਂਤਕ ਪੱਖ ਹੈ ਜੇਕਰ ਇਸ ਚੀਜ਼ ਨੂੰ ਨਹੀਂ ਸਮਝੇਗਾ ਫਿਰ ਉਹੀ ਗੱਲ ਹੋਏਗੀ ਗੁਰਨਾਨਕ ਸਾਹਿਬ ਤੇ ਗੁਰਹਰਗੋਬਿੰਦ ਸਾਹਿਬ ਦੇ ਰੂਪ ਵਿੱਚ ਫਰਕ ਸਮਝੇਗਾ ਔਰ ਤਾਈ ਗੁਰਗੋਬਿੰਦ ਸਿੰਘ ਸਾਹਿਬ ਨੇ ਵੀ ਕਿਹਾ ਪਿੰਨ ਪਿੰਨ ਸਭੂ ਕਰ ਜਾਨਾ ਇੱਕ ਰੂਪ ਕਿਨੂ ਪਹਿਚਾਨਾ ਜਿੰਨ ਜਾਨਾ ਤਨਹੀ ਸਿਧ ਪਾਈ ਬਿਨ ਸਮਝੇ ਸਿਧ ਹਾਥ ਨਾ ਆਈ ਇੱਕ ਰੂਪ ਸਮਝਣਾ ਇਹ ਬਹੁਤ ਵੱਡੀ ਕਰਾਮਾਤ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਗੁੰਬਦ بلند ਉੱਚਾ ਔਰ ਖੜਵਾ ਹੈ ਬੁਲੰਦੀ ਦੇ ਉੱਤੇ ਹੈ ਪਰ ਸ੍ਰੀ ਹਰਮੰਦਰ ਸਾਹਿਬ ਦਾ ਗੁੰਬਦ ਬੈਠਵਾ ਹੈ ਔਰ ਨਿਠਿਆ ਹੋਇਆ ਹੈ ਇਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਜੇਕਰ ਤੁਸੀਂ ਦੇਖੋ ਹਰਮੰਦਰ ਸਾਹਿਬ ਦੀ ਜੋ ਪੁਲ ਹੈ ਜੋ ਦਰਸ਼ਨੀ ਡਿਓੜੀ ਦਾ ਹਰਮੰਦਰ ਸਾਹਿਬ 'ਚੋਂ ਬੈਠਿਆਂ ਜੋ ਅਕਾਲ ਤਖਤ ਸਾਹਿਬ ਦਾ ਨਕਸ਼ਾ ਹੈ ਉਹ ਟੇਡਾ ਹੈ ਇੱਕ ਖਾਸ ਐਂਗਲ ਤੇ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਬੈਠਿਆਂ ਹਰਮੰਦਰ ਸਾਹਿਬ ਦੇ ਦਰਸ਼ਨ ਹੋਣਗੇ ਪਰ ਹਰਮੰਦਰ ਸਾਹਿਬ ਵਿੱਚ ਬੈਠਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਨਹੀਂ ਹੋਣਗੇ ਮਤਲਬ ਇਹ ਸੀ ਕਿ ਜਦੋਂ ਵੀ ਧਾਰਮਿਕ ਸਥਾਨ ਤੇ ਬੈਠੇ ਹਾਂ ਤਾਂ ਉਹ ਜਿਹੜਾ ਸਥਾਨ ਹੈ ਉਸ ਤੋਂ ਰਾਜਨੀਤਿਕ ਉਸ ਦੀ ਗੱਲ ਨਾ ਹੋਵੇ ਪਰ ਜਦੋਂ ਉਸ ਮੀਰੀ ਪੀਰੀ ਦੇ ਸਥਾਨ ਤੇ ਬੈਠੇ ਆ ਉੱਥੇ ਜਿਹੜੇ ਨਿਰਣੇ ਲੈਣੇ ਹਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਰੂਬਰੂ ਹੋ ਕੇ ਲੈਣੇ ਹਨ ਇਹ ਨਕਸ਼ੇ ਦਾ ਵੀ ਫਰਕ ਹੈ ਹਰਮੰਦਰ ਸਾਹਿਬ ਦੇ ਵਿੱਚ ਕੋਈ ਜਕਾਰਾ ਨਹੀਂ ਹੈ ਹੋਰ ਤਾਂ ਹੋਰ ਉੱਥੇ ਕਿਸੇ ਕਿਸਮ ਦਾ ਕੋਈ ਜਕਾਰਾ ਨਹੀਂ ਗਜਾਇਆ ਜਾਂਦਾ ਬੋਲੇ ਸੋ ਨਿਹਾਲ ਦਾ ਜਕਾਰਾ ਵੀ ਨਹੀਂ ਗਜਾਇਆ ਜਾਂਦਾ ਆਗਿਆ ਪਈ ਅਕਾਲ ਕੀ ਵੀ ਨਹੀਂ ਪੜਿਆ ਜਾਂਦਾ ਉੱਥੇ ਕੋਈ ਨਗਾਰਾ ਨਹੀਂ ਹੈ ਪਰ ਇਹ ਸਾਰੀਆਂ ਗੱਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਨ ਇਤਨਾ ਕੁਝ ਹੋ ਕੇ ਇੱਕ ਬਹੁਤ ਵੱਡੀ ਗੱਲ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਹਰਮੰਦਰ ਸਾਹਿਬ ਹਰ ਇੱਕ ਲਈ ਹੈ ਹਰ ਬਸ਼ਰ ਲਈ ਹੈ ਉਸ ਦੇ ਉੱਤੇ ਉਸ ਥਾਂ ਤੇ ਕੋਈ ਵੀ ਆਏ ਉਸ ਲਈ ਦਰਵਾਜ਼ੇ ਖੁੱਲੇ ਹਨ ਸ੍ਰੀ ਅਕਾਲ ਤਖਤ ਸਾਹਿਬ ਕੇਵਲ ਖਾਲਸੇ ਦਾ ਸਥਾਨ ਹੈ ਖਾਲਸੇ ਦੀ ਰਹਿਤ ਖਾਲਸੇ ਦੀ ਮਰਿਆਦਾ ਖਾਲਸੇ ਦੇ ਲਈ ਆਦੇਸ਼ ਉੱਥੇ ਜਾਰੀ ਹੁੰਦੇ ਹਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਪਰੰਪਰਾ ਹੈ ਉੱਥੋਂ ਦੇ ਹੁਕਮਨਾਮੇ ਉਹ ਆਦੇਸ਼ ਕੇਵਲ ਉਹਨਾਂ ਲਈ ਜਾਰੀ ਹੁੰਦੇ ਹਨ ਜਿਹੜੇ ਉਸ ਨੂੰ ਸਮਰਪਿਤ ਹਨ ਜਿਹੜੇ ਉਸ ਆਦੇਸ਼ ਨੂੰ ਮੰਨਦੇ ਹਨ ਉਹਨਾਂ ਲਈ ਹੋ ਸਕਦੇ ਹਨ ਗੈਰ ਸਿੱਖ ਲਈ ਇਹ ਉਸ ਤੋਂ ਮੁਨਕਰ ਲਈ ਇਹ ਸਿੱਖੀ ਤੋਂ ਇਨਕਾਰੀ ਲਈ ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਨਹੀਂ ਹੈ ਤੁਸੀਂ ਜਿੰਨੇ ਵੀ ਆਦੇਸ਼ ਹਨ ਜਿੰਨੇ ਹੁਕਮਨਾਮੇ ਹਨ ਜਿੰਨੇ ਸੰਦੇਸ਼ ਹਨ ਭਾਵੇਂ ਉਹ ਕਿਸੇ ਵੀ ਸਿੰਘ ਸਾਹਿਬ ਦੇ ਵੇਲੇ ਜਾਰੀ ਹੋਏ ਹੋਣ ਇੱਕ ਗੱਲ ਉਹਨਾਂ ਵਿੱਚ ਬਹੁਤ ਹੀ ਵਿਲੱਖਣ ਹੈ ਉਹਨਾਂ ਹੁਕਮਨਾਮਿਆਂ ਦੇ ਵਿੱਚ ਜਦੋਂ ਅਸੀਂ ਚਾਤ ਮਾਰਦੇ ਹਾਂ ਜਦੋਂ ਅਸੀਂ ਨਜ਼ਰ ਮਾਰਦੇ ਹਾਂ ਉਹ ਹੁਕਮਨਾਮੇ ਥਰਡ ਪਰਸਨ ਵਿੱਚ ਆਮ ਸੰਗਤ ਨੂੰ ਜਾਰੀ ਕੀਤਾ ਜਾਂਦਾ ਹੈ ਕਿ ਇਸ ਵਿਅਕਤੀ ਦੇ ਨਾਲ ਇਸ ਸੰਸਥਾ ਦੇ ਨਾਲ ਤੁਸੀਂ ਕਿਸ ਤਰ੍ਹਾਂ ਵਰਤਣਾ ਹੈ ਜਾਂ ਇਸ ਦੇ ਨਾਲ ਤੁਸੀਂ ਕਿਵੇਂ ਇਸ ਦੇ ਉੱਤੇ ਕੀ ਕਾਰਵਾਈ ਕਰਨੀ ਹੈ ਜਦੋਂ ਨਕਲੀ ਨਰਨਕਾਰੀਆਂ ਬਾਰੇ ਹੁਕਮਨਾਮਾ ਜਾਰੀ ਹੋਇਆ ਉਹਨਾਂ ਨੂੰ ਕੋਈ ਆਦੇਸ਼ ਨਹੀਂ ਦਿੱਤਾ ਗਿਆ ਬਲਕਿ ਆਮ ਸੰਗਤ ਨੂੰ ਆਦੇਸ਼ ਦਿੱਤਾ ਗਿਆ ਆਮ ਸਿੱਖਾਂ ਨੂੰ ਆਦੇਸ਼ ਦਿੱਤਾ ਗਿਆ ਕਿ ਤੁਸੀਂ ਇਹਨਾਂ ਨਾਲ ਕਿਸੇ ਕਿਸਮ ਦੀ ਰੋਟੀ ਬੇਟੀ ਦੀ ਸਾਜ ਨਹੀਂ ਰੱਖਣੀ ਇਹਨਾਂ ਨਾਲ ਕੋਈ ਮਿਲਵਰਤਨ ਨਹੀਂ ਰੱਖਣੀ ਹਰ ਯੋਗ ਤਰੀਕੇ ਨਾਲ ਇਹਨਾਂ ਦੇ ਵਦਨ ਫੁੱਲਣ ਤੇ ਪਾਬੰਦੀ ਲਾਣ ਦੀ ਕੋਸ਼ਿਸ਼ ਲਾਣੀ ਹੈ ਇਸੇ ਤਰੀਕੇ ਨਾਲ ਸਮੇਂ-ਸਮੇਂ ਦੇ ਉੱਤੇ ਜਦੋਂ ਵੀ ਪੰਥ 'ਚੋਂ ਪੰਥ ਵਿਰੋਧੀ ਕਾਰਵਾਈਆਂ ਕਰਕੇ ਜਦੋਂ ਵੀ ਕਿਸੇ ਨੂੰ ਛੇਕਿਆ ਗਿਆ ਜਦੋਂ ਕਿਸੇ ਨੂੰ ਪੰਥ ਬਦਰ ਕੀਤਾ ਗਿਆ ਪੰਥ 'ਚੋਂ ਬਾਹਰ ਕੱਢਿਆ ਗਿਆ ਤਾਂ ਉਹ ਆਦੇਸ਼ ਆਮ ਸੰਗਤ ਦੇ ਨਾਮ ਜਾਰੀ ਹੈ। ਔਰ ਜਿਹੜਾ ਆਪਣੇ ਆਪ ਨੂੰ ਸਿੱਖ ਅਖਵਾਉਂਦਾ ਹੈ ਉਸ ਦੇ ਉੱਤੇ ਉਹ ਹੁਕਮ ਲਾਗੂ ਹੈ। ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸਾਰਿਆਂ ਤੇ ਲਾਗੂ ਹੈ। ਸੋ ਇਹ ਇੱਕ ਮੋਢਲਾ ਪਿਛੋਕੜ ਹੈ। ਇਸੇ ਪਰੰਪਰਾਤੇ ਇਸੇ ਆਦੇਸ਼ ਦੇ ਮੁਤਾਬਕ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੱਖ ਰਹਿਤ ਮਰਿਆਦਾ ਵੀ ਲਾਗੂ ਕੀਤੀ ਗਈ ਜੋ ਕਿ ਪਹਿਲੀ ਵਾਰ 1936 ਦੇ ਵਿੱਚ ਲਾਗੂ ਹੋਈ ਸੀ। ਏਵਰਾ ਉਸਦੀ 75 ਸਾਲਾਂ ਦਾ ਹੈ ਹੁਣ ਹੋਰ ਜ਼ਿਆਦਾ ਜ਼ਰੂਰਤ ਹੈ ਕਿ ਅਸੀਂ ਉਸ ਸਿਧਾਂਤ ਦੇ ਉੱਤੇ ਅਸੀਂ ਸਮਰਪਿਤ ਹੋਈਏ ਪਰ ਨਾਲ ਹੀ ਜਿਹੜੇ ਮਤੇ ਔਰ ਗੁਰਮਤੇ ਹਨ ਉਹ ਅਸੀਂ ਸਮੇਂ-ਸਮੇਂ ਆਪ ਨਾਲ ਵਿਚਾਰਦੇ ਹਾਂ ਅੱਜ ਕੁਝ ਮਤੇ ਬਹੁਤ ਸੰਖੇਪ ਦੇ ਵਿੱਚ ਅਸੀਂ ਆਪ ਦੇ ਨਾਲ ਉਹਨਾਂ ਦੇ ਉੱਤੇ ਵਿਚਾਰ ਕਰਾਂਗੇ ਔਰ ਆਪ ਦੇ ਵਿਚਾਰਾਂ ਦੀ ਸਾਨੂੰ ਜ਼ਰੂਰਤ ਹੈ ਕਿਉਂਕਿ ਉਹ ਸੇਧ ਦੇਣਗੇ ਆਉਣ ਵਾਲੇ ਸਮੇਂ ਵਿੱਚ ਕਿਉਂਕਿ ਤੁਹਾਡੀ ਆਵਾਜ਼ ਬੁਲੰਦ ਹੈ ਨਕਾਰਾਏ ਖੁਦਾ ਆਵਾਜ਼-ਏ-ਖਲਕ ਨਕਾਰਾਏ ਖੁਦਾ ਸੰਗਤ ਦੀ ਆਵਾਜ਼ ਤੁਹਾਡੀ ਆਵਾਜ਼ ਉੱਥੇ ਤੱਕ ਪਹੁੰਚਦੀ ਹੈ ਔਰ ਅਸਰ ਕਰਦੀ ਹੈ ਜਿਹੜੇ ਮਤੇ ਅਸੀਂ ਲੈਣਾ ਚਾਹੁੰਦੇ ਹਾਂ ਅਸੀਂ ਕੁਝ 2-3 ਛੋਟੇ-ਛੋਟੇ ਮਤੇ ਹਨ ਜਿਹੜੇ ਆਪ ਨਾਲ ਅਸੀਂ ਸਾਂਝੇ ਕਰਾਂਗੇ ਔਰ ਇਸ ਦੇ ਬਾਅਦ ਅਸੀਂ ਆਪ ਦੇ ਨਾਲ ਆਪ ਦੇ ਵਿਚਾਰ ਲਵਾਂਗੇ ਆਪ ਦੀਆਂ ਕਾਲਸ ਲਵਾਂਗੇ ਸਭ ਤੋਂ ਪਹਿਲਾ ਮਤਾ ਜਿਹੜਾ ਅਸੀਂ ਆਪ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ ਕਿ ਗੁਰਬਾਣੀ ਦੇ ਕਾਨੂੰਨ ਬਾਰੇ ਗੁਰਬਾਣੀ ਕਾਨੂੰਨ ਦੀ ਮੰਗ ਇਹ ਸ਼ੁਰੂ ਤੋਂ ਉੱਠਦੀ ਰਹੀ ਹੈ ਕਿਉਂਕਿ ਗੁਰਬਾਣੀ ਸਾਡਾ ਜੀਵਨ ਆਧਾਰ ਹੈ ਗੁਰਬਾਣੀ ਗੁਰੂ ਸਾਹਿਬ ਦਾ ਸਰੀਰ ਹੈ ਬਾਣੀ ਔਰ ਗੁਰੂ ਦੇ ਵਿੱਚ ਕੋਈ ਫਰਕ ਨਹੀਂ ਹੈ ਗੁਰੂ ਸਾਹਿਬ ਦੇ ਮੁਖਾਰਬਿੰਤ ਉਚਰੀ ਹੋਈ ਬਾਣੀ ਇਹ ਗੁਰੂ ਦਾ ਹੀ ਸਰੂਪ ਹੈ ਇਹ ਸਾਡੇ ਲਈ ਸਾਡੀ ਸਹਰਗ ਹੈ ਸਮੇ ਸਮੇ ਦੇ ਉੱਤੇ ਗੁਰਬਾਣੀ ਦੀ ਨਰਾਦਰੀ ਕੀਤੀ ਜਾਂਦੀ ਰਹੀ ਹੈ ਔਰ ਇਹ سلسلہ ਪੂਰੀ ਤਰ੍ਹਾਂ ਹੱਲੇ ਵੀ ਰੁਕਿਆ ਨਹੀਂ ਹੈ ਕਿਸੇ ਨਾ ਕਿਸੇ ਟੰਗ ਦੇ ਨਾਲ ਇਹ ਜਿਹੜੇ ਹਮਲੇ ਹੁੰਦੇ ਹਨ 1945 ਦੇ ਵਿੱਚ ਇੱਕ ਮਥਾ ਜੋ ਕਿ ਫਾਸ ਕੀਤਾ ਗਿਆ 10 ਮਾਰਚ 1945 ਦੇ ਵਿੱਚ ਔਰ ਉਸ ਮਤੇ ਦੇ ਵਿੱਚ ਇਹ ਕਿਹਾ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਸ਼ੁੱਧ ਛਪਾਈ ਤੇ ادب ਦਾ ਪੂਰਾ ਪੂਰਾ ਖਿਆਲ ਨਹੀਂ ਕੀਤਾ ਜਾਂਦਾ ਅਸੀਂ ਚਾਹੁੰਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਇਹ ਪ੍ਰਬੰਧ ਕੀਤਾ ਜਾਵੇ ਤੇ ਨਾਲ ਹੀ ਇਸ ਗੁਰਬਾਣੀ ਕਾਨੂੰਨ ਦੇ ਵਿੱਚ ਜਿਹੜੀਆਂ ਤਜਵੀਜ਼ਾਂ ਦਿੱਤੀਆਂ ਗਈਆਂ ਉਹਨਾਂ ਦਾ ਮਕਸਦ ਜੋ ਸੀ ਕਿ ਸਮੂਹ ਗੁਰਦੁਆਰਿਆਂ ਵਿੱਚ ਰੌਹ ਰੀਤ ਇੱਕ ਹੋਵੇ। ਔਰ ਜਿਨ੍ਹਾਂ ਇਤਿਹਾਸਕ ਗੁਰਦੁਆਰੇ ਜਿੱਥੇ ਸੰਗਤ ਕੱਠ ਹੈ ਉਹਨਾਂ ਦੀ ਸਾਂਭ ਸੰਭਾਲ ਦਾ ਇੰਤਜ਼ਾਮ ਹੋਵੇ ਔਰ ਹਰ ਗੁਰਦੁਆਰੇ ਦਾ ਇਤਿਹਾਸ ਲਿਖ ਕੇ ਛਪਵਾਇਆ ਜਾਵੇ ਤਾਂ ਕਿ ਯਾਤਰੀਆਂ ਨੂੰ ਸੰਬੰਧਿਤ ਗੁਰਦੁਆਰੇ ਬਾਰੇ ਵਕਫੀਅਤ ਮਿਲ ਸਕੇ। ਬਾਦ ਵਿੱਚ ਪੰਜਾਬ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਦਾ ਅਧਿਕਾਰ ਸ਼੍ਰੋਮਣੀ ਕਮੇਟੀ ਨੂੰ ਜਾਂ ਅਧਿਕਾਰਤ ਜਿਹੜੀਆਂ ਸੰਸਥਾਵਾਂ ਹਨ ਉਹਨਾਂ ਨੂੰ ਦਿੱਤਾ ਕਿਉਂਕਿ ਗੁਰਬਾਣੀ ਦੇ ਨਾਲ ਨਾਲ ਉਹ ਕਾਨੂੰਨ ਵਿੱਚ ਉਸ ਕਾਨੂੰਨ ਵਿੱਚ ਗੁਰੂ ਗ੍ਰੰਥ ਸਾਹਿਬ ਬਾਰੇ ਕੀਤਾ ਪਰ ਹਾਲੇ ਵੀ ਗੁਰਬਾਣੀ ਦੇ ਉਹਨਾਂ ਗੁਟਕਿਆਂ ਦੇ ਵਿੱਚ ਕਈ ਇਸ਼ਤਿਹਾਰ ਕਈ ਹੋਰ ਕਿਸਮ ਦੀਆਂ ਉਹ ਚੀਜ਼ਾਂ ਜਿਹੜੀਆਂ ਗੁਰਮਤ ਵਿਰੋਧ ਹਨ ਉਹ ਨਾਲ ਨਾਲ ਛਪਦੀਆਂ ਹਨ ਜਾਂ ਗੁਰਬਾਣੀ ਨੂੰ ਆਪਣੇ ਟੰਗ ਦੇ ਨਾਲ ਜੰਤਰ ਮੰਤਰ ਦੀ ਤਰ੍ਹਾਂ ਜਾਂ ਇੱਕ ਵਪਾਰਕ ਕਿਸਮ ਦੀਆਂ ਇਸ਼ਤਿਹਾਰ ਦੀ ਤਰ੍ਹਾਂ ਉਹਨਾਂ ਨੂੰ ਛਾਪਿਆ ਜਾਂਦਾ ਸੋ ਇਹ ਪੰਜਾਬ ਸਰਕਾਰ ਨੇ ਪਹਿਲਾ ਕਦਮ ਤਾਂ ਉਸ ਵੱਲ ਚੁੱਕਿਆ ਹੈ ਪਰ ਉਸ ਮਤੇ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਵੱਲ ਅਜੇ ਕਾਫੀ ਉਹ ਮੰਜ਼ਲ ਅਜੇ ਕਾਫੀ ਦੂਰ ਹੈ ਦੂਸਰਾ ਇੱਕ ਅਹਿਮ ਮਤਾ 10 ਮਾਰਚ 1945 ਨੂੰ ਹੀ ਪਾਸ ਕੀਤਾ ਗਿਆ ਜਨਰਲ اجلاس ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ اجلاس ਵੱਲੋਂ ਉਸ اجلاس ਵਿੱਚ ਜੋ ਮਤਾ ਪਾਸ ਕੀਤਾ ਗਿਆ ਉਹ ਇਹ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ اجلاس ਪਾਸ ਕਰਦਾ ਹੈ ਕਿ ਸਿੱਖ ਸੱਭਿਆਚਾਰ ਸਿੱਖ ਰਵਾਇਤਾਂ ਅਤੇ ਹੋਰ ਹਰ ਕਿਸਮ ਦੀ ਪੜਾਈ ਲਈ ਕੌਮ ਦੀ ਆਪਣੀ ਯੂਨੀਵਰਸਿਟੀ ਹੋਣੀ ਚਾਹੀਦੀ ਹੈ ਇਹ ਇਕਤਰਤਾ ਤਿੰਨ ਸਜਣਾ ਦੀ ਕਮੇਟੀ ਨiyet ਕਰਨ ਦੇ ਅਧਿਕਾਰ ਦਿੰਦੀ ਹੈ ਜੋ ਦੂਸਰੀਆਂ ਸਿੱਖ ਜਥੇਬੰਦੀਆਂ ਅਤੇ ਹੋਰ ਇਸ ਸੰਬੰਧੀ ਮਦਦ ਕਰਨ ਵਾਲੀਆਂ ਸਾਰੀਆਂ ਤਾਕਤਾਂ ਦੀ ਸਹਾਇਤਾ ਲੈਣ ਲਈ ਉਹਨਾਂ ਨਾਲ ਮਿਲਵਰਤਨ ਕਰਕੇ ਇਸ ਸ਼ੁਭ ਕੰਮ ਨੂੰ ਸਿਰੇ ਚੜਾਵੇ ਸਿੱਖ ਯੂਨੀਵਰਸਿਟੀ ਤਾਂ ਕਿ ਜਿੱਥੇ ਸਿੱਖ ਕੋਰਸਸ ਸਿੱਖਾਂ ਦੇ ਸੰਬੰਧਿਤ ਕੋਰਸਸ ਜਾਂ ਉਹ ਪੜ੍ਹਾਈ ਜਿਹੜੀ ਧਾਰਮਿਕ ਔਰ ਸਮਾਜ ਦੂਜੇ ਵੀ ਜਿਹੜੇ ਵਿਸ਼ੇ ਹਨ ਉਹਨਾਂ ਸਾਰਿਆਂ ਨੂੰ ਪੂਰੀ ਕਰਨ ਦੀ ਜ਼ਰੂਰਤ ਨੂੰ ਅਗਰ ਜਿਹੜੀ ਪੂਰੀ ਕਰ ਸਕੇ ਇਹ ਮੰਗ ਜ਼ਰੂਰੀ ਸੀ ਪਰ ਹਾਲੇ ਤੱਕ ਇਸ ਦੇ ਉੱਤੇ ਅਮਲ ਨਹੀਂ ਹੋ ਸਕਿਆ ਯੂਨੀਵਰਸਟੀਆਂ ਬਣੀਆਂ ਹਨ ਜਿਹੜੀਆਂ ਕਿ ਪੰਜਾਬੀ ਯੂਨੀਵਰਸਿਟੀ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ ਪਰ ਐਗਰੀਕਲਚਰ ਯੂਨੀਵਰਸਿਟੀ ਵੀ ਹੈ ਹੋਰ ਵੀ ਕਈ ਯੂਨੀਵਰਸਟੀਆਂ ਇਸ ਤਰ੍ਹਾਂ ਦੀਆਂ ਬਣੀਆਂ ਹਨ ਪਰ ਜਿਹੜੀ ਸਿੱਖ ਯੂਨੀਵਰਸਿਟੀ ਜਿੱਥੇ ਸਿੱਖ ਸਿਧਾਂਤਾਂ ਦੀ ਸਿੱਖ ਇਤਿਹਾਸ ਦੀ ਸਿੱਖ ਪ੍ਰਿੰਸੀਪਲਸ ਦੀ ਖੋਜ ਹੋ ਸਕੇ ਉਹਨਾਂ ਦੇ ਉਸ ਦੇ ਬਾਰੇ ਕੋਈ ਯੂਨੀਵਰਸਿਟੀ ਨਹੀਂ ਬਣੀ ਦਰਅਸਲ 1920 ਦੇ ਵਿੱਚ ਇਹ ਯੂਨੀਵਰਸਿਟੀ ਬਣਨ ਦਾ ਪਲਾਨ ਸੀ ਪਰ ਚੋਕੇ ਉਸ ਵੇਲੇ ਗੁਰਦੁਆਰਾ ਸੁਧਾਰ ਲਹਿਰ ਚੱਲ ਰਹੀ ਸੀ ਇਸ ਕਰਕੇ ਸਿੱਖ ਸਰਕਾਰ ਦੇ ਵਿਰੁੱਧ ਮੋਰਚੇ ਦੇ ਵਿੱਚ ਜੂਝ ਰਹੇ ਸਨ ਤਾਂ ਉਹ ਗੱਲ ਵਿੱਚੇ ਰਹਿ ਗਈ ਸੋ ਇਹ ਇੱਕ ਦੂਸਰਾ ਅਹਿਮ ਮਤਾ ਸੀ ਅਸੀਂ ਇੱਕ ਛੋਟਾ ਜਿਹਾ ਵਖਵਾ ਲਵਾਂਗੇ ਔਰ ਇਹਨਾਂ ਮਤਿਆਂ ਦੇ ਬਾਰੇ ਅਸੀਂ ਆਪ ਨਾਲ ਵਿਚਾਰ ਜਾਰੀ ਰੱਖਾਂਗੇ। ਵਕਫੇ ਦੇ ਬਾਅਦ ਮਤੇ ਗੁਰਮਤੇ ਅਤੇ ਹੁਕਮਨਾਮੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ। ਅਸੀਂ ਗੱਲ ਕਰ ਰਹੇ ਸੀ ਜਿਹੜੇ ਪੰਥ ਵੱਲੋਂ ਭਾਰਤ ਕੀਤੇ ਹੋਏ ਮਤੇ ਔਰ ਜਿਹੜਾ ਯੂਨੀਵਰਸਿਟੀ ਦਾ ਮਤਾ ਜੋ 1945 ਵਿੱਚ ਪਾਸ ਕੀਤਾ ਗਿਆ ਸੀ ਉਸ ਦੇ ਬਾਰੇ ਕਾਰਵਾਈ ਅਜੇ ਵੀ ਹੋਣੀ ਬਾਕੀ ਹੈ ਹੁਣ ਗੱਲ ਆਂਦੀ ਹੈ ਇੱਕ ਹੋਰ ਅਹਿਮ ਸਿਧਾਂਤਕ ਮਤੇ ਦੀ ਜੋ ਕਿ ਪੰਥ ਵੱਲੋਂ 1939 ਔਰ 1943 ਇਹ ਦੋ ਮਤੇ ਹਨ ਔਰ ਇਹਨਾਂ ಮತਿਆਂ ਦੇ ਵਿੱਚ ਆਮ ਲੋਕਾਂ ਨੂੰ ਭੁਲੇਖਾ ਪੈ ਸਕਦਾ ਹੈ ਕਿ ਇੱਕ ਪਾਸੇ ਕਿਸੇ ਦੀ ਵਿਰੋਧਤਾ ਕਰ ਰਹੇ ਹਨ ਇੱਕ ਪਾਸੇ ਉਸ ਦੀ ਹਮਾਇਤ ਕਰ ਰਹੇ ਹਨ ਔਰ ਦੂਜੇ ਪਾਸੇ ਉਸ ਦੀ ਵਿਰੋਧਤਾ ਦਾ ਮਤਾ ਹੈ ਦਰਅਸਲ ਐਸਾ ਨਹੀਂ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵੀ ਇੱਕ ਤਫਾ ਸਿੱਖਾਂ ਨੇ ਪੁੱਛਿਆ ਸੀ ਕਿ ਆਪ ਜੀ ਹੁਕਮ ਕਰਦੇ ਹੋ ਦੇਵ ਦਾਤ ਜਚਨ ਉਪਜਾਇਓ ਦੇਵਤੇ ਤੇ ਦਾਇਤ ਵਾਹਿਗੁਰੂ ਨੇ ਪੈਦਾ ਕੀਤੇ ਤਾਂ ਇਹ ਕੀ ਗੱਲ ਹੋਈ ਦੇਵਤੇ ਕਿਉਂ ਪੈਦਾ ਕੀਤੇ ਹਜ਼ੂਰ ਨੇ ਕਿਹਾ ਦਾਇਤਾਂ ਦਾ ਨਾਸ਼ ਕਰਨ ਲਈ ਤਾਂ ਉਹਨਾਂ ਨੇ ਪੁੱਛਿਆ ਕਿ ਜੇ ਉਹਨਾਂ ਦਾ ਨਾਸ਼ ਹੀ ਕਰਨਾ ਸੀ ਫਿਰ ਦਾਇਤ ਕਿਉਂ ਪਾਏ ਦਾਇਤ ਕਿਉਂ ਪੈਦਾ ਕੀਤੇ ਹਜ਼ੂਰ ਨੇ ਕਿਹਾ ਦੇਵਤਿਆਂ ਦਾ ਕਮਾਂਡ ਤੋੜਨ ਲਈ ਸਤਿਗੁਰੂ ਨੇ ਫਰਮਾਇਆ ਨਾ ਕੋਈ ਦੇਵਤਾ ਹੈ ਨਾ ਕੋਈ ਦਾਤ ਹੈ ਇਹ ਸਾਰੇ ਸਾਡੇ ਦਿਮਾਗ ਦੀ ਸਿਰਜਣਾ ਹਨ ਜੋ ਇਤਿਹਾਸ ਨੇ ਜੋ ਕਰੈਕਟਰ ਸਿਰਜੇ ਹਨ ਉਹ ਹਿਸਟੋਰੀਕਲ ਕਰੈਕਟਰ ਹਨ ਭਾਵੇਂ ਬਾਬਰ ਹੈ ਔਰੰਗਜ਼ੇਬ ਹੈ ਸਿਕੰਦਰ ਹੈ ਜਾਂ ਇੱਥੋਂ ਤੱਕ ਕਿ ਗੁਰੂ ਸਾਹਿਬ ਦੀ ਵੀ ਹਸਤੀ ਹੈ ਉਹ ਇਤਿਹਾਸਕ ਕਰੈਕਟਰ ਹਨ ਪਰ ਜਿਹੜੇ ਬੰਦੇ ਦੇ ਦਿਮਾਗ ਨੇ ਸਿਰਜੇ ਹਨ ਜਿਹੜੇ ਬੰਦੇ ਦੇ ਦਿਮਾਗ ਨੇ ਉਹ ਚਿੱਤਰਣ ਕੀਤੇ ਹਨ ਉਹ ਦੇਵਤੇ ਹਨ ਦੈਂਤ ਹਨ ਜੱਛਨ ਕਿੰਨਰ ਹਨ ਗੰਦਰਬ ਹਨ ਇਹ ਸਾਰੇ ਬੰਦੇ ਦੇ ਦਿਮਾਗ ਦੀ ਸਿਰਜਣਾ ਹੈ ਪਰ ਦੇਵਤੇ ਤੇ ਦੈਂਤ ਇਹ ਦੋਨੋਂ ਹੀ ਇਨਸਾਨੀ ਬਿਰਤੀ ਹੈ ਸਤਗੁਰੂ ਨੇ ਫਰਮਾਇਆ ਸਾਧ ਕਰਮ ਜੇ ਪੁਰਖ ਕਮਾਵੇ ਨਾਮ ਦੇਵਤਾ ਜਗਤ ਕਹਾਵੇ ਜਿਹੜਾ ਚੰਗੇ ਕੰਮ ਕਰੇਗਾ ਸਾਧ ਕਰਮ ਕਰੇਗਾ ਉਹ ਦੇਵਤਾ ਖਵਾਏਗਾ ਸਾਧ ਕਰਮ ਜੇ ਪੁਰਖ ਕਮਾਵੇ ਨਾਮ ਦੇਵਤਾ ਜਗਤ ਕਹਾਵੇ ਕੁਕਰਿਤ ਕਰਮ ਜੇ ਜਗ ਮੇ ਕਰਹੀਂ ਨਾਮ ਅਸੁਰਤੇ ਕੋ ਸਵਧ ਰਹੀਂ ਜੇ ਕੁਕਰਿਤ ਕਰਮ ਕਰੇਗਾ ਤਾਂ ਉਸ ਦਾ ਨਾਮ ਅਸਰ ਪੈ ਜਾਂਦਾ ਹੈ ਇਹ ਦੋਨੋਂ ਬਿਰਤੀਆਂ ਬੰਦੇ ਦੇ ਨਾਲ ਨਾਲ ਤੁਰਦੀਆਂ ਹਨ ਨਾ ਕੋਈ ਮਾੜਾ ਹੈ ਨਾ ਕੋ ਚੰਗਾ ਹੈ ਪਰ ਉਹ ਬਿਰਤੀਆਂ ਚੰਗੀਆਂ ਜਾਂ ਮਾੜੀਆਂ ਹਨ ਉਹਨਾਂ ਦੇ ਮੁਤਾਬਕ ਜੋ ਹੈ ਕਾਰਵਾਈ ਕਰਨੀ ਪੈਂਦੀ ਹੈ ਇਹ ਪਿਛੋਕੜ ਦੇਣ ਦੀ ਜ਼ਰੂਰਤ ਇਸ ਕਰਕੇ ਪਈ ਕਿ 1939 ਦੇ ਵਿੱਚ ਹైదరాబాద్ ਦੱਖਣ ਦੇ ਵਿੱਚ ਅ ਜੋ ਕਿ ਹਿੰਦੁਸਤਾਨ ਦੇ ਵਿੱਚ ਨਿਜ਼ਾਮ ਹైదరాబాద్ ਦੇ ਅਧੀਨ ਸੀ ਉਹਨਾਂ ਨੇ ਕਾਨੂੰਨ ਪਾਸ ਕਰਕੇ ਹਿੰਦੂ ਮਤ ਦੇ ਪ੍ਰਚਾਰ ਪ੍ਰਸਾਰ ਦੇ ਉੱਤੇ ਪਾਬੰਦੀ ਲਗਾ ਦਿੱਤੀ। ਔਰ ਕਈ ਰੁਕਾਵਟਾਂ ਲਗਾ ਦਿੱਤੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਨਰਲ ਹਾਊਸ ਨੇ ਆਪਣਾ ਫਰਜ਼ ਪਛਾਣਿਆ ਔਰ ਉਹ ਫਰਜ਼ ਪਛਾਣਦਿਆਂ ਹੋਇਆਂ ਜੋ ਮਤਾ ਪਾਸ ਕੀਤਾ ਉਹ ਬਹੁਤ ਅਹਿਮ ਹੈ ਔਰ ਇਹ ਮਤਾ ਸੀ 1 ਮਾਰਚ 1939 ਦਾ ਉਸ ਦੇ ਵਿੱਚ ਲਿਖਿਆ ਹੈਦਰਾਬਾਦ ਦਖਣ ਦੇ ਆਰਿਆ ਸਮਾਜੀ ਸਤਿਆਗ੍ਰਹਿ ਨਾਲ ਹਮਦਰਦੀ ਗਿਆਨੀ ਕਰਤਾਰ ਸਿੰਘ ਜੀ ਐਮਐਲਏ ਦੀ ਤਜਵੀਜ਼ ਅਤੇ ਸਰਦਾਰ ਸਰਦੂਲ ਸਿੰਘ ਜੀ ਵਕੀਲ ਦੀ ਤਾਇਦ ਨਾਲ ਹੇਠ ਲਿਖਿਆ ਮਤਾ ਸਰਬਸੰਮਤੀ ਨਾਲ ਪਾਸ ਹੋ ਗਿਆ ਇਨ ਦੀ ਓਪੀਨੀਅਨ ਆਫ ਦਾ ਜਨਰਲ ਕਮੇਟੀ ਆਫ ਦਾ ਐਸਜੀਬੀਸੀ ਦਾ ਡਿਮਾਂਡ ਆਫ ਦੀ ਆਰੀਆ ਸਮਾਜਿਸਟ ਐਸ ਰਿਗਾਰਡ ਰਿਲੀਜੀਅਸ ਸੋਸ਼ਲ ਐਂਡ ਕਲਚਰਲ ਲਿਬਰਟੀ ਆਫ ਦਾ ਹਿੰਦੂਜ਼ ਇਨ ਦੀ ਡੋਮੀਨੀਅਨਸ ਆਫ ਹਿਸ ਐਗਜ਼ਾਲਟਡ ਹਾਈਨੈਸ ਦਾ ਨਿਜ਼ਾਮ ਆਫ ਹਾਈਦਰਾਬਾਦ ਆਰ ਲੈਜਿਟਿਮੇਟ ਐਂਡ ਰੀਜ਼ਨੇਬਲ ਐਂਡ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸ਼ੂਰਸ ਥੈਮ that they carry the sympathy of the sikhs in their satyagraha campaign arya samajian ne benti kiti aur shromani gurudwara prabandhak committee ne ohna di madad karan da mata pass kita is de bavjood ke arya samaj de sansthapak swami dayanand ne jehdi apni pustak likhi satyarth prakash us de vich guru sahiban de bare ਬਹੁਤ ਹੀ ਪੱਦੇ ਔਰ ਬਹੁਤ ਹੀ ਕਟਿਆ ਪੱਦਰਦੇ ਜੋ ਸੀ ਕਮੈਂਟਸ ਦਿੱਤੇ ਨਾ ਕੇਵਲ ਗੁਰੂ ਸਾਹਿਬ ਬਾਰੇ ਬਲਕਿ ਹੋਰ ਵੀ ਜਿਤਨੇ ਪੀਰ ਪੈਗੰਬਰ ਜਾਂ ਅਵਤਾਰ ਹੋਏ ਹਨ ਉਹਨਾਂ ਦੇ ਬਾਰੇ ਵੀ ਬਹੁਤ ਹੀ ਗਲਤ ਲਫ਼ਜ਼ ਇਸਤੇਮਾਲ ਕੀਤੇ ਹਰ ਪਾਸਿਓ ਉਸ ਦੀ ਨਿੰਦਾ ਔਰ ਤਰਸਕਾਰ ਹੋਇਆ ਪਰ ਉਹਨਾਂ ਨੇ ਉਹ ਆਪਣੀ ਲਾਈਨ ਜਾਰੀ ਰੱਖੀ 1939 ਵਿੱਚ ਜਦੋਂ ਉਹਨਾਂ ਦੇ ਉੱਤੇ ਇਹ ਆਪਦਾ ਆਈ ਜਦੋਂ ਹਮਲਾ ਹੋਇਆ ਪੰਥ ਨੇ ਉਹਨਾਂ ਦਾ ਸਾਥ ਦਿੱਤਾ ਪਰ ਦੂਸਰੇ ਪਾਸੇ 1945 ਦੇ ਵਿੱਚ ਇੱਕ ਹੋਰ ਮਤਾ ਪਾਸ ਕੀਤਾ ਜੋ ਕਿ ਉਹ ਵੀ ਬਹੁਤ ਅਹਿਮ ਹੈ ਉਸ ਮਤੇ ਦੇ ਵਿੱਚ ਅੰਕਿਤ ਹੈ ਕਿ ਸਤਿਆਰਥ ਪ੍ਰਕਾਸ਼ ਦੇ ਕੁਝ ਹਿੱਸੇ ਨਾ ਛਾਪਣ ਬਾਰੇ ਮਤਾ ਯਾਨੀ ਸ਼ੇਰ ਸਿੰਘ ਵੱਲੋਂ ਹੇਟ ਲਿਖਾ ਮਤਾ ਪੇਸ਼ ਹੋਇਆ ਤੇ ਸਰਦਾਰ ਅਮਰ ਸਿੰਘ ਸ਼ੇਰੇ ਪੰਜਾਬ ਦੀ ਤਾਇਦ ਕੀਤੀ ਅਤੇ ਮਤਾ ਸਰਬਸੰਮਤੀ ਨਾਲ ਪਾਸ ਹੋ ਗਿਆ ਇਹ ਮਤਾ ਕੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਜਨਰਲ ਇਕੱਤਰਤਾ ਦੀ رائے ਵਿੱਚ ਪੁਸਤਕ ਸਤਿਆਰਥ ਪ੍ਰਕਾਸ਼ ਦੇ ਆਖਰੀ ਚਾਰ ਕਾਂਡ ਸਿੱਖ ਸਤਗੁਰਾਂ ਤੇ ਹੋਰ ਮذਬੀ ਬਾਨੀਆਂ ਪਰ ਨਿਹਾਇਤ ਤਿੱਖੇ ਗਲਤ ਦਿਲ ਦੁਖਾਓ ਤੇ ਬੇਬੁਨਿਆਦ ਹਮਲਿਆਂ ਨਾਲ ਭਰਪੂਰ ਹਨ ਇਹ ਸਮਾਗਮ ਆਰੀਆ ਭਾਈਆਂ ਦੀ ਸੇਵਾ ਵਿੱਚ ਦਰਖਾਸਤ ਕਰਦਾ ਹੈ ਕਿ ਇਸ ਮਾਮਲੇ ਤੇ ਠੰਡੇ ਦਿਲ ਨਾਲ ਵਿਚਾਰ ਕਰਨ ਤੇ ਇਹ ਚਾਰ ਸਮੂਲਾਸ ਅੱਗੇ ਲਈ ਨਾ ਛਾਪਣ ਕਿਉਂਕਿ ਇਹਨਾਂ ਦੇ ਕਾਰਨ ਦੇਸ਼ ਵਿੱਚ ਫਿਰਕੇਦਾਰਾਂ ਨਾਲ ਝਗੜੇ ਵਧੇ ਹਨ ਤੇ ਇਹਨਾਂ ਨੂੰ ਰੋਕਣਾ ਦੇਸ਼ ਦੀ ਭਾਰੀ ਸੇਵਾ ਹੈ ਆਸ ਕੀਤੀ ਜਾਂਦੀ ਸੀ ਕਿ ਅਹਿਸਾਨ ਮੰਦੀ ਦਾ ਇਜ਼ਹਾਰ ਕਰਦੇ ਆਂ ਔਰ ਐਹਸਾਨ ਫਰਮੋਸ਼ੀ ਨੂੰ ਤਿਆਗਦੇ ਆਂ ਹੋਇਆ ਉਹ ਇਸ ਪਾਸੇ ਤੁਰਦੇ ਪਰ ਨਹੀਂ ਮੁੜ ਦੁਬਾਰਾ ਹੁਣ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੁਬਾਰਾ ਉਹਨਾਂ ਦੇ ਜੋ ਆਗੂ ਹਨ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਉਹ ਜਿਹੜੇ ਗਲਤ ਇਤਰਾਜ਼ਯੋਗ ਲਫ਼ਜ਼ ਗੁਰੂ ਸਾਹਿਬਾਨ ਦੇ ਬਾਰੇ ਹਨ ਉਹਨਾਂ ਨੂੰ ਆਪਣੀਆਂ ਕਿਤਾਬਾਂ ਦੇ ਵਿੱਚੋਂ ਕੱਢੋ ਉਨ੍ਹਾਂ ਦੇ ਆਗੂਆਂ ਨੇ ਯਕੀਨ ਵੀ ਦਿਵਾਇਆ ਕਿ ਅਸੀਂ ਇਸ ਤੇ ਬਾਰੇ ਵਿਚਾਰ ਕਰਾਂਗੇ ਪਰ ਉਹ ਮਸਲਾ ਉੱਥੇ ਦਾ ਉੱਥੇ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਦੇ ਉੱਤੇ ਕਾਨੂੰਨੀ ਚਾਰਾ ਜੋਈ ਵੀ ਅਰੰਭੀ ਹੈ ਕਹਿਣ ਦਾ ਪਾਪ ਸਿਰਫ ਇਤਨਾ ਹੈ ਕਿ ਖਾਲਸਾ ਪੰਥ ਜਦੋਂ ਵੀ ਵਰਤਾਰਾ ਕਰਦਾ ਹੈ ਤਾਂ ਉਹ ਉਸ ਵਿਅਕਤੀ ਦੇ ਅਗਰ ਉਸ ਦੇ ਉੱਤੇ ਉਹਦੇ ਕਿਸੇ ਸਿਧਾਂਤ ਦੇ ਉੱਤੇ ਅਗਰ ਕੋ ਹਮਲਾ ਹੁੰਦਾ ਹੈ ਉਸ ਸਿਧਾਂਤ ਦੇ ਨਾਲ ਪਾਵੇਂ ਉਹ ਸਹਿਮਤ ਹੋਵੇ ਜਾਂ ਨਾ ਹੋਵੇ ਪਰ ਉਸ ਦੇ ਹੱਕ ਔਰ ਹਕੂਕ ਦੀ ਖਾਤਰ ਉਹ ਜੂਝਦਾ ਹੈ ਉਹਦੇ ਲਈ ਮਦਦ ਕਰਦਾ ਹੈ ਇਹ ਦੋ ਮਤੇ ਇਸ ਗੱਲ ਨੂੰ ਦਰਸਾਉਂਦੇ ਹਨ ਬਿਲਕੁਲ ਇਸੇ ਤਰੀਕੇ ਦੇ ਨਾਲ ਹੀ ਕਿ ਜਿਸ ਤਰੀਕੇ ਦੇ ਨਾਲ ਪਹਿਲੇ ਜਾਮੇ ਵਿੱਚ ਸਤਿਗੁਰਾਂ ਨੇ ਤਿਲਕ ਜੰਜੂ ਦੇ ਬਾਰੇ ਬਹੁਤ ਸਪਸ਼ਟ ਲਫ਼ਜ਼ਾਂ ਵਿੱਚ ਕਿਹਾ ਕਿ ਤੱਕ ਕਪਾਹੋ ਕਤੀਏ ਬਹਾਮਣ ਵਟੇ ਆਏ ਕੋਹੇ ਬਕਰਾਰੇ ਨੇ ਖਾਇਆ ਸਭ ਕੋ ਆਖੇ ਪਾਏ ਇੱਥੋਂ ਤੱਕ ਕਹਿ ਦਿੱਤਾ ਵੇ ਤੱਗਾ ਆਪੇ ਵੱਤੇ ਵੜਤਾਗੇ ਅਵਰਾ ਕੱਤੇ ਲੈ ਪਾੜ ਕਰੇ ਵਿਵਾਹ ਕੜ ਕਾਗਲ ਦੱਸੇ ਰਾ ਪਰ ਨਾਲ ਹੀ ਜਦੋਂ ਲੋੜ ਪਈ ਤਾਂ ਫਿਰ ਤਿਲਕ ਜੰਜੂ ਰੱਖਾ ਪ੍ਰਭ ਤਾਂ ਕਾ ਕੀਨੋ ਵੱਡੋ ਕਲੂ ਮੇ ਸਾਕਾ ਉਹ ਕਰਕੇ ਉਸ ਦੀ ਰਾਖੀ ਵੀ ਕੀਤੀ ਜਦੋਂ ਪਹਿਲੇ ਜਾਮੇ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਉਸ ਜਨੇਊ ਨੂੰ ਪਾਉਣ ਤੋਂ ਇਨਕਾਰ ਕੀਤਾ ਉਸ ਦਾ ਮੰਜ਼ਰ ਉਸ ਦਾ ਨਜ਼ਾਰਾ ਕਿਹਦਾ ਹੋਏਗਾ ਜਿਹੜਾ ਮੋਹਨ ਸਿੰਘ ਨਾਨਕਾਇਣ ਵਿੱਚ ਅੰਕਿਤ ਕਰਦੇ ਹਨ ਕਿ ਸਾਰੀ ਬਰਾਦਰੀ ਜੁੜੀ ਹੈ ਸਾਰੇ ਲੋਕ ਜੁੜੇ ਹਨ ਸਾਰਾ ਸਮਾਨ ਤਿਆਰ ਹੈ ਹਰ ਚੀਜ਼ ਬਿਲਕੁਲ ਉਰੂਸ ਤੇ ਹੈ ਔਰ ਜਿਸ ਵੇਲੇ 9 ਸਾਲ ਦੀ ਅਵਸਥਾ ਦੇ ਸਾਹਿਬ ਸ੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਨੂੰ ਪੰਡਤ ਜੀ ਜਨੇਊ ਲਈ ਅੱਗੇ ਵਧਦੇ ਹਨ ਤਾਂ ਹਜ਼ੂਰ ਨੇ ਉਸ ਤੋਂ ਇਨਕਾਰ ਕਰ ਦਿੱਤਾ ਇਸ ਨਜ਼ਾਰੇ ਨੂੰ ਇਸ ਮੰਜ਼ਰ ਨੂੰ मोहन सिंह ਨੇ ਅੰਕਤ ਕੀਤਾ ਉਹ ਕਹਿਣ ਲੱਗਾ ਪਿਆਰ ਨਾਲ ਸਮਝਾਇਆ ਮੁੜ ਮੁੜ ਹਰੀ ਦੀਵਾਲ ਤੇ ਪਿਓ ਨੇ ਤਮਕਾਇਆ ਕੱਢ ਕੇ ਅੱਖਾਂ ਲਾਲ ਪਰ ਬਾਬਾ ਨਾ ਡੋਲਿਆ ਕਾਇਮ ਰੱਖਿਆ ਚਿੱਤ ਇਹ ਸੀ ਜੀਵਨ ਕੋਲ ਵਿੱਚ ਉਸਦੀ ਪਹਿਲੀ ਜਿੱਤ ਉਹ ਦ੍ਰਿੜਤਾ ਉਹ ਮਸਮਮ ਇਰਾਦੇ ਦੇ ਨਾਲ ਉਹ ਪੱਕੇ ਇਰਾਦੇ ਦੇ ਨਾਲ ਇਨਕਾਰ ਕਰ ਦੇਣਾ ਬਲਕਿ ਕੇਵਲ ਇਨਕਾਰ ਨਹੀਂ ਕਰਨਾ ਉਸ ਇਨਕਾਰ ਦਾ ਇਜ਼ਹਾਰ ਵੀ ਕਰ ਦੇਣਾ ਇਹ ਬਹੁਤ ਵੱਡੀ ਗੱਲ ਸੀ ਪਰ ਜਿਹੜੀ ਨਵੇਂ ਜਾਮੇ ਦੇ ਵਿੱਚ ਉਸ ਤੋਂ ਵੀ ਵੱਧ ਦ੍ਰਿੜਤਾ ਦੇ ਨਾਲ ਉਸ ਦੇ ਨਾਲ ਖੜੇ ਹੋ ਜਾਣਾ ਔਰ ਆਪਣੀ ਕੁਰਬਾਨੀ ਤੱਕ ਦੇ ਦੇਣੀ ਔਰ ਤਾਂ ਹੀ ਕਰਕੇ ਹਜ਼ੂਰ ਨੇ ਵੀ ਕਿਹਾ ਸੀਸ ਦਿਆ ਪਰ ਸਿਰ ਨਾ ਦਿਆ ਇਹ ਜੋ ਸਿਰੜੀ ਪੁਣਾ ਹੈ ਇਹ ਜੋ ਹੱਠੀ ਪੁਣਾ ਹੈ ਇਹ ਜੋ ਜ਼ਿੱਦ ਹੈ ਜਿਸ ਨੂੰ ਅਰਦਾਸ ਵਿੱਚ ਕਹਿੰਦੇ ਆ ਹੱਠੀਆਂ ਜੱਪੀਆਂ ਤੱਪੀਆਂ ਉਹਨਾਂ ਦੀ ਗੱਲ ਕਰਦੇ ਹਾਂ ਸੋ ਸਿਧਾਂਤ ਦੀ ਗੱਲ ਹੈ ਜੇਕਰ ਕਿਸੇ ਸਿਧਾਂਤ ਦੇ ਉੱਤੇ ਕਿਸੇ ਦੇ ਕਿਸੇ ਦੇ ਅਸੂਲ ਦੇ ਉੱਤੇ ਕਿਸੇ ਦੇ ਹਕੂਕ ਦੇ ਉੱਤੇ ਹਮਲਾ ਹੁੰਦਾ ਹੈ ਤਾਂ ਖਾਲਸਾ ਉਸ ਦੇ ਲਈ ਅੱਗੇ ਆਂਦਾ ਹੈ ਇਹ ਦੋ ਮਤੇ ਇਹਨਾਂ ਦੋ ਊਸੂਲਾਂ ਦੀ ਪਰਪਕਤਾ ਕਰਦੇ ਹਨ ਇਹਨਾਂ ਦੀ ਪਹਿਰਵਾਹੀ ਕਰਦੇ ਹਨ ਜਿਨ੍ਹਾਂ ਦੇ ਨਾਲ ਇਹ ਅਸੂਲ ਕਾਇਮ ਕੀਤੇ ਗਏ ਸਮਾ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 7187865221 ਦੇ ਉਤੇ